मोहम्मद हमारे बड़ी शान वाले पढ़िया जे मोहम्मद हमारे बड़ी शान वाले मोहम्मद हमारे बड़ी शान वाले सने जोड़े अरिशा चढ़ जाने वाले सने जोड़े अरिशा ते चढ़ जाने वाले लगाते हैं नारा लगाते हैं नारा ये ईमान वाले मोहम्मद हमारे फरमाया मेरा नाम मोहम्मद है सोना मोहम्मद ना इज्जत वाला है इतनी शान वाला है इतने रुतबे वाला है इतने मुकाम वाला है सरकार तू पहले किसे नु नाम मोहम्मद नहीं मिलिया सरकार दा नाम कैनात च वाहिद है के जड़ा हजूर नु मिलिया है सैयदा तैयबा ताहिरा राशिदा आबिदा जाहिदार राखिया सैयदा हजरत बीबी आमिना को पूछा गया नी आमिना पुत्र दा नाम मुहम्मद रखे आई कोई ना अजीब जी आए सैयदा फरमाया अजे ना वेख्या जे जे तुसी मुहम्मद वेख लो ना भी सोना है ते मुहम्मद भी सोना दूसरा नाम है अहमद दूसरा नाम अहमद दूसरा नाम अहमद अहमद किनू आंदे जो अल्लाह की सबसे ज्यादा हमदे बयान करे उसे अहमद कहते हैं बड़ा सोहना सुनते पे हो वरना एक बजे रात बंदे आसाब जड़े ने कम करना छड़ जाते मसला इंतहाई कीमती जे ते इंतहाई कीमती गुफ्तगू जे ये आंदे साल तक फौज सब याद रहे अहमद ओनू आंदे जड़ा अल्लाह दिया सब तू ज्यादा हम दे बयान करे उसे अहमद कहते हैं अब किबला हम्द बयान करने के लिए उम्र का होना जरूरी है जड़ी हम्द बयान करो जी अल्लाह दी ते उम्र दा होना जरूरी है ना भी उम्र होएगी बंदे दे सां चलदे होणगे ते हम्द होएगी ते ए हजूर नु ना मिलिया अहमद दा तर्जमा ए जड़ा अल्लाह दी सब तो ज्यादा हम्द दा बयान करे अच्छा ते नूह अलैहि सलाम दी उम्र किन्नी 1300 साल तबलीगी उम्र है 950 साल अच्छा उन्होंने 950 साल तबलीग की हजरत नूह अलैहि सलाम ने ते नबी पाक दी जहरी हयात तैयबा 63 साल हुण सच्ची दस्या जे जहरी इतबार नाल देखा जाए तो अल्लाह दी हमद दा बयान ज्यादा किसने कीती है जी अल्लाह सलाम जहरी इतबार नाल देखा जाए तो हजरत दे नूह अलैहि सलाम ने की थी पर अहमद नाम दिता है रब ने मेरे नबी दा जमीनी नाम है मुहम्मद ते आसमानी नाम है अहमद ते अहमद नाम जेड़ा है ये रब दिता है हुण वेखा जाए तो नूह अलैहि सलाम की उम्र 950 साल तबलीगी उन्हें 950 साल खड़े होके नमाज़ा पढ़ा दे रहे
ਤੇ ਮੈਂ ਉਮਰ ਚ ਥੋੜਾ ਹਾਂ, ਹਮਦ ਜ਼ਿਆਦਾ ਕਿੰਨਾ ਬਿਆਨ ਕੀਤੀ, ਬੋਲੋ ਬੋਲੋ, ਹਜ਼ਰਤ ਸਾਹਿਬ ਨੇ ਕੀਤੀ ਹੈ ਨਾ। ਤੇ ਹੁਣ ਸੈਯਦ ਦੀ ਪਕੜੋ ਉਂਗਲੀ ਤੇ ਚਲੀਏ ਮਦੀਨੇ। ਬਈ ਗਰੀਬ ਨਵਾਜ਼ ਆ, ਮਿਹਰਬਾਨ ਆ, ਗਰੀਬਾਂ ਨਾਲ ਪਿਆਰ ਕਰਨ ਵਾਲੇ। ਬਈ ਤੁਹਾਡਾ ਨਾਮ ਹੈ ਅਹਿਮਦ ਤੇ ਉਮਰ ਹੈ 63 ਸਾਲ, ਉਧਰ ਨੂਹ ਅਲੈਹ ਸਲਾਮ ਦੀ ਉਮਰ ਹੈ 950 ਸਾਲ। ਤੇ ਮਿਹਰਬਾਨ ਇਹ ਅਹਿਮਦ ਨਾਮ ਮਿਲਿਆ ਵੀ ਅੱਲਾਹ ਦੀ ਜਿਹੜਾ ਸਭ ਤੋਂ ਜ਼ਿਆਦਾ ਹਮਦਾ ਬਿਆਨ ਕਰੇ ਉਹਨੂੰ ਅਹਿਮਦ ਕਹਿੰਦੇ ਨੇ। ਤੇ ਯਾ ਰਸੂਲ ਅੱਲਾਹ, ਇਹ ਅੱਲਾਹ ਦੀਆਂ ਹਮਦਾਂ ਤੁਸੀਂ ਕਦੋਂ ਦਾ ਬਿਆਨ ਕਰਨ ਲੱਗੇ ਹੋ? ਅੱਲਾਹ ਦੀਆਂ ਹਮਦਾਂ ਬੇਟੇ ਤੇ ਚੱਲਣ ਦੇ ਬਸ, ਅੱਲਾਹ ਦੀਆਂ ਹਮਦਾਂ ਸੋਹਣਾ ਤੁਸੀਂ ਕਦੋਂ ਦੇ ਬਿਆਨ ਕਰਨ ਲੱਗੇ ਹੋ? ਸਰਕਾਰ ਫਰਮਾਇਆ ਜਦੋਂ ਕਾਜ਼ੀ ਦਹਿਲਾਨ ਮੱਕੀ ਲਿਖਦੇ ਨੇ, ਫਰਮਾਇਆ ਜਦੋਂ ਅੱਲਾਹ ਨੇ ਆਪਣੇ ਨੂਰ ਵਿੱਚੋਂ ਮੇਰਾ ਨੂਰ ਸਾਹਮਣੇ ਕੀਤਾ ਹੈ, ਫਰਮਾਇਆ ਫਿਰ ਮੇਰੇ ਰੱਬ ਨੇ ਮੁਹੱਬਤ ਦੀ ਨਿਗਾਹ ਨਾਲ ਵੇਖਿਆ, ਫਰਮਾਇਆ ਮੈਂ ਰੱਬ ਦੀ ਨਜ਼ਰ ਪਈ ਏ ਤੇ ਮੈਂ ਸਜਦਾ ਕੀਤਾ, ਮੇਰੇ ਨੂਰ ਨੇ ਪਹਿਲਾਂ ਸਜਦਾ ਕੀਤਾ ਤੇ ਹਿਜਾਬੇ ਅਜ਼ਮਤ ਦੇ ਚੌਥੇ ਪਰਦੇ ਤੇ ਸਜਦਾ ਕੀਤਾ, ਔਰ ਚੌਥੇ ਪਰਦੇ 'ਚ ਜਿਹੜਾ ਸਜਦਾ ਕੀਤਾ ਉਸ ਸਜਦੇ ਵਿੱਚ ਜਿਹੜੀ ਤਸਬੀਹ ਬਿਆਨ ਕੀਤੀ ਏ, ਫਰਮਾਇਆ ਤਸਬੀਹ ਏ ਅਲਹਮਦੁਲਿਲਾ, ਅੱਲਾਹ ਤੇਰੀ ਆਹਮਦਾ ਨੇ। ਕਾਜ਼ੀ ਸਾਹਿਬ ਫਰਮਾਉਂਦੇ ਨੇ ਮੇਰੇ ਰੱਬ ਫਰਮਾਇਆ ਓ ਸੋਹਣਾ, ਓ ਤੇਰੀ ਹਮਦ ਬਿਆਨ ਕਰਨੀ ਮੈਨੂੰ ਬੜੀ ਚੰਗੀ ਲੱਗੀ ਹੈ, ਲੈ 80,000 ਸਾਲ ਹਿਜਾਬੇ ਅਜ਼ਮਤ ਦੇ ਚੌਥੇ ਪਰਦੇ ਤੇ ਮੇਰਾ ਨਬੀ ਦਾ ਨੂਰ ਅੱਲਾਹ ਦੀਆਂ ਹਮਦਾਂ ਬਿਆਨ ਕਰਦਾ ਰਿਹਾ। ਅਹਿਮਦ ਬਣੇਗਾ ਹੀ ਤਾਂ ਕੋਲੇ ਦੇ ਗਿਰਦੋ ਨਭਾ ਵਿੱਚੋਂ ਆਉਣ ਵਾਲੇ ਹੋ, ਅਹਿਮਦ ਬਣੇ ਗਈ ਤਾਂ ਜੇ ਮੰਨਣਾ ਪਏਗਾ ਜ਼ਮੀਨ ਬਾਅਦ ਚ ਬਣੀ ਏ, ਆਸਮਾਨ ਬਾਅਦ ਚ ਬਣਿਆ ਏ, ਪੈਗੰਬਰਾਂ ਦੇ ਵਜੂਦ ਬਾਅਦ ਚ ਬਣੇ ਨੇ, ਇਹ ਸਾਰੀ ਕਾਇਨਾਤ ਬਾਅਦ ਚ ਬਣੀ ਏ, ਪਰ ਮੇਰੇ ਰੱਬ ਦੇ ਸਾਹਮਣੇ ਉਹਦੀਆਂ ਹਮਦਾਂ ਬਿਆਨ ਕਰਨ ਵਾਲਾ ਮੁਹੰਮਦ ਹੈ। ਪਤਾ ਚੱਲਿਆ ਯਾ ਰੱਬ ਹੈ ਯਾ ਮੁਹੰਮਦ ਹੈ। ਨੂਰ ਪਹਿਲੀ ਹਮਦਾ ਬਿਆਨ ਕਰਦੇ, ਪਤਾ ਚੱਲਿਆ ਜੇ ਤੂੰ ਕੱਲ ਦੀ ਗੱਲ ਕਰਨਾ ਜਗਲ ਜ਼ਮਾਨੇ ਦੇ। ਪਹਿਲਾ ਵੀ ਹਜ਼ੂਰ ਕਿਧਰੇ ਸਕੋਟਰੀ ਬ੍ਰਾਂਚ ਵਾਲਾ ਤਾਂ ਨਹੀਂ ਹੈ? ਅੱਛਾ, ਮੈਂ ਆਖਾਂ ਵੀ ਉਹ ਸਾਡੀ ਐਵੇਂ ਨੇੜੇ ਜਿੱਕ ਦਿਨ ਮੇਰੇ ਤੇ 4 ਸ਼ਡਿਊਲ ਲੱਗਾ ਹੋਇਆ ਸੀ ਤੇ ਇਸ ਕੋਈ ਤਕਰੀਬਨ ਕੋਈ 7-8 ਪਰਚੇ ਹਕੂਮਤ ਨੇ ਤੇ ਹੁਣ ਲੱਭੇ ਘਲੇ ਟੁਰੇਨ ਤੋਂ ਵਾਵਾ ਸਾਰੇ ਟੁੱਟ ਗਏ। ਅੱਛਾ, ਤੇ ਹੁਣ ਵੈਸੇ ਅੱਲਾ ਸਲਾਮਤ ਰੱਖੇ ਤੇ ਸਾਰੇ ਮਸਲਕਾਂ ਨੇ ਬਈ ਦਿਓ ਬੰਦੀ ਹਜ਼ਰਾਤ ਨੇ ਤੇ ਬਾਬੀ ਹਜ਼ਰਾਤ ਨੇ ਵੀ ਸਾਰਿਆਂ ਨੇ ਹੁਣ ਆਖਿਆ ਇਹਨਾਂ ਦੇ ਮੁਤਾਲਬੇ ਸਹੀ ਹੈ। ਅੱਛਾ, ਤੇ ਇੱਕ ਇਹਨਾਂ ਦੇ ਇਹਨਾਂ ਦੀ ਵੈਸੇ ਵਜ਼ਾਰਤ ਤੋਂ ਵੀ ਸਦਕੇ ਜਾਏ, ਬੰਦੇ ਇਹਨਾਂ ਨੇ ਬੜੇ ਸੋਹਣੇ ਰੱਖੇ, ਇੱਕ ਚੌਧਰੀ ਫਵਾਦ ਨੇ ਤੇ ਇੱਕ ਸ਼ੀਦਾ ਟੱਲੀ। ਚਸ ਕੀਤੀ ਖੜੇ ਨੇ ਉਹ ਜ਼ਾਲਿਮ ਬੋਲਾ ਅਗਲੇ ਦਿਨ ਫਵਾਦ ਚੌਧਰੀ, ਇਹ ਅਸਲੀ ਜਰਮਨ ਸ਼ੈਫਟ ਨਸਲ ਦਾ ਹੈ ਫਵਾਦ ਚੌਧਰੀ, ਅਸਲੀ ਜਰਮਨ ਸ਼ੈਫਟ। ਸੱਚੀ ਗੱਲ, ਕਿਉਂਕਿ ਸਾਡੇ ਪਿਓ ਦਾਦਿਆਂ ਨੇ ਖੂਨ ਦਿੱਤਾ ਇਸ ਮੁਲਕ ਦੇ ਮਡਾਵਾਂ ਨੇ ਤੇ ਸਾਨੂੰ ਅਸੀਂ ਸਾਰੀ ਉਮਰ ਇੰਡੀਆ ਨੂੰ ਲਾਂਤਾ ਪਾਈਆਂ ਨੇ ਤੇ ਆਂਦਾ ਇਹ ਇੰਡੀਆ ਕੋਲ ਰੁਪਈਏ ਪਰ ਲੈਂਦੇ, ਇਹ ਤਾਂ ਸਾਡੀ ਫੌਜ ਚੰਗੀ ਕਿ ਜਿਸ ਫੌਜ ਨੇ ਇਸ ਮਾਮਲੇ ਨੂੰ ਹੈਂਡਲ ਕਰਦਿਆਂ ਹੋਇਆ ਉਹਨਾਂ ਕਹਾ ਵੀ ਸ਼ਰਮੋ ਤੁਸੀਂ ਇਹਨਾਂ ਨੂੰ ਆਖਦੇ ਹੋ ਇੰਡੀਆ ਤੋਂ ਪੈਸੇ ਲੈਂਦੇ ਹੋ, ਇਹਨਾਂ ਦੇ ਸਾਰਾ ਕੁਝ ਹੀ ਇਸ ਪਾਕਿਸਤਾਨ ਵਾਸਤੇ ਕੁਰਬਾਨ ਕੀਤਾ ਹੈ, ਇਹਨਾਂ ਨੂੰ ਆਉਂਦੀ ਹੋ ਵੀ ਇੰਡੀਆ ਤੋਂ ਪੈਸੇ ਲੈਂਦੇ ਨੇ, ਹੁਣ ਇਹਨਾਂ ਦੋਵਾਂ ਨੂੰ ਕੋਈ ਗਟਰ ਨਹੀਂ ਲੱਭਦਾ ਵੀ ਆ ਵੀ ਜਿੱਥੇ ਡੋਬ ਤੇ ਇਹ ਮਰ ਜਾ। ਹੁਣ ਗਾਬਰੇ ਫਿਰਦੇ ਦੋਵੇਂ ਜਣੇ, ਸ਼ੀਦਾ ਵੀ
ਤੇ ਡੱਬੂ ਵੀ ਬੂਥਾ ਹੀ ਇਸ ਜਿਵੇਂ 18 ਪਤੀਲਿਆਂ ਜਿਹੜਾ ਇੱਕੋ ਬੂਥਾ ਤੇ ਟੀਵੀ ਤੇ ਆਇਆ ਕੜਾ ਵਿੱਚ ਕੱਲਾ ਮੂੰਹ ਨੱਕ ਹੀ ਆਉਂਦਾ ਇਹਦਾ ਬਾਹਰ ਹੈ ਸੋਹਣਾ ਸੋਹਣਾ ਤਾਂ ਮੈਂ ਆਖਿਆ ਵੀ ਬੇਲੀਆ ਸਾਡੇ ਅਸੀਂ ਨੇੜੇ ਹੋ ਤੇ ਵੀ ਇੱਕ ਇੱਕ ਵਾਲ ਪੀਰ ਦਾ ਨਿੱਕੇ ਆਵੇ ਇਹ ਕਿਧਰੇ ਅਜੇ ਨਸੀਹਤ ਨਾ ਦਿੱਤੀ ਕਰੋ ਵੈਸੇ ਹੁਣ ਸਾਨੂੰ ਡਰ ਕੋਈ ਅੱਜ ਕੱਲ੍ਹ ਸਾਡਾ ਪੈਰ ਉੱਤੇ ਇੱਕ ਵਾਰੀ ਮਿੱਠੀ ਆਵਾਜ਼ ਨੂੰ ਸੁਭਾਨ ਅੱਲਾਹ ਆਖਿਆ ਇੱਕ ਵਾਰੀ ਹੋਰ ਆ ਏ ਅਹਿਮਦ ਹੈ ਵਾ ਮੁਬਸ਼ਿਰਮ ਬਿਰਸੂਲੀ ਯਤੀ ਮਿੰਬਾ ਦਿਸਮੋ ਅਹਿਮਦ ਨਬੀ ਸਾਡਾ ਖੁਸ਼ੀਆਂ ਵੀ ਤਾਂ ਅਸਾਂ ਹੀ ਮਨਾਉਣੀਆਂ ਨਾ ਆਏ ਹਜ਼ੂਰ ਦੀ ਆਮਦ ਦੇ ਜਸ਼ਨ ਤਾਂ ਅਸਾਂ ਹੀ ਕਰਨੇ ਨੇ ਮੈਨੂੰ ਇੱਥੇ ਹੀ ਗੱਲ ਤੁਸੀਂ ਦੱਸ ਦਿਓ ਹਜ਼ਰਤ ਈਸਾ ਅਲੈਹਿ ਸਲਾਮ ਨੇ ਕਿਹਾ ਵਾ ਮੁਬਸ਼ਿਰਮ ਬਿਰਸੂਲੀ ਅੱਛਾ ਤੁਸੀਂ ਗਾਬਰੇ ਤੇ ਨਹੀਂ ਬੈਠੇ ਹੋ ਮੈਨੂੰ ਤੁਸੀਂ ਸਿਰਫ 15 ਮਿੰਟ ਹੋਰ ਦੇ ਦਿਓ ਤੇ 15 ਮਿੰਟਾਂ ਬਾਅਦ ਮੇਰੀ ਤਕਰੀਰ ਵੀ ਮੁੱਕ ਜਾਏਗੀ ਤੇ ਇਨਸ਼ਾਅੱਲਾ ਤਾਲਾ 15 ਮਿੰਟਾਂ ਬਾਅਦ ਆਪਾ ਹਜ਼ੂਰ ਦੀ ਅਜਾਣੀਆਂ ਦੇ ਸਾਹਮਣੇ ਖੜੇ ਹੋ ਸੁਭਾਨ ਅੱਲਾ ਵਾ ਮੁਬਸ਼ਿਰਮ ਬਿ ਰਸੂਲੀ ਯਾਤੀ ਫੌਜੀ ਸਭ ਜਿਹੜਾ ਕੁਝ ਕਰਨਾ ਨੇ ਕਰ ਤੁਹਦੇ ਅੱਛਾ ਅੱਲਾ ਸਲਾਮ ਸਲਾਮਤ ਰੱਖੀ ਜਜ਼ਾਕ ਇਹ ਪਿਆਰ ਦੀਆਂ ਗੱਲਾਂ ਨੇ ਵੀ ਜ਼ਰਾ ਇਹ ਬੇਲੀ ਸੁਸਤ ਨਾ ਪੈ ਜਾ ਇਹ ਤਾਂ ਕਰਨਾ ਜੀ ਇਨਸ਼ਾਅੱਲਾ ਤਾਲਾ ਵੇਖੋ ਅਲੀ ਅਲੀ ਹੋ ਜਾ ਉਹ ਤਾਂ ਇਹਨਾਂ ਦੇ ਦਿਲ ਰੱਖਣ ਵਾਸਤੇ ਕੀਤੀ ਹੈ ਯਾਰ ਇਹ ਕਰੀ ਕਿਸੇ ਪਾਸੇ ਮੌਜੂਦ ਟੋਰੀ ਤੇ ਲੈਣ ਦਿਓ ਇਹ ਪਰਚੀ ਤੇ ਲਿਖਾ ਮੈਨੂੰ ਯਾਦ ਇੱਥੇ ਵੀ ਬੇਲੀਆਂ ਆਖਾਂ ਵੀ ਆਹ ਵੀ ਸੁਣਾਵਣਾ ਆਹ ਵੀ ਸੁਣਾਵਣਾ ਇੱਕ ਤਾਂ ਮੌਲਵੀ ਕਾਲੇ ਪੈ ਜਾਂਦੇ ਤੇ ਕਾਲੇ ਤੇ ਤੁਹਾਡੀਆਂ ਲਈ ਕਰੀ ਨੇ ਇੱਕ ਵਾਰੀ ਮਿੱਠੀ ਆਵਾਜ਼ ਸੁਭਾਨ ਅੱਲਾਹ ਗੱਲ ਕਿੱਥੇ ਅੱਪੜ ਗਈ ਸੀ ਅਹਿਮਦ ਅਹਿਮਦ ਬਣੇਗਾ ਹੀ ਤਾਂ ਇਹ ਤੇਰਾ ਅਕੀਦਾ ਔਰ ਇਹ ਤੇਰਾ ਈਮਾਨ ਹੋਏਗਾ ਕਿ ਅਹਿਮਦ ਉਸੇ ਕਹਤੇ ਹੈ ਜੋ ਅੱਲਾਹ ਕੀ ਸਭ ਸੇ ਜ਼ਿਆਦਾ ਹਮਦ ਬਿਆਨ ਕਰੇ ਇਹ ਮੈਂ ਮੌਜੂ ਤਾਂ ਜਿਹੜਾ ਮੈਨੂੰ ਪਰਚੀ ਦੇ ਬੇਲੀਆਂ ਲਿਖ ਕੇ ਦਿੱਤਾ ਵਰਨਾ ਮੈਂ ਅੰਮਾ ਹਲੀਮਾ ਦੀ ਡਾਚੀ ਸੁਣਾਉਂਦਾ ਤੇ ਗਰਮ ਜਾਂਦਾ ਰਹਿੰਦਾ ਅਹਿਮਦ ਉਹਨੂੰ ਕਹਿੰਦੇ ਜਿਹੜਾ ਅੱਲਾਹ ਦੀ ਹਮਦ ਸਭ ਤੋਂ ਜ਼ਿਆਦਾ ਫਿਰ ਸੁਣੋ ਫਿਰ ਹਜ਼ਰਤ ਈਸਾ ਅਲੈਹਿ ਸਲਾਮ ਨੇ ਕਿਹਾ ਮੈਂ ਖੁਸ਼ਖਬਰੀ ਪਿਆ ਦੇਣਾ ਜੀ ਮੈਂ ਖੁਸ਼ਖਬਰੀ ਦੇ ਰਿਹਾ ਜਿਹੜਾ ਮੇਰੇ ਤੋਂ ਬਾਅਦ ਆਏਗਾ ਨਾ ਉਹਦਾ ਨਾਮ ਅਹਿਮਦ ਹੋਏ ਰਸੂਲੀ ਯਤੀ ਮਿੰ ਬਾਦ ਇਸਮੁਹੁ ਅਹਿਮਦ ਉਹਦਾ ਨਾਮ ਬੋਲਿਆ ਜੀ ਅਹਿਮਦ ਮੈਂ ਹੱਥ ਬੰਨ ਕੇ ਕਹਿਣਾ ਚਾਹੁੰਦਾ ਕੋਈ ਨਿਰਾਦ ਨਾ ਹੋਵੇ ਮੈਨੂੰ ਸੱਚੀ ਦੱਸੋ ਇਹ ਹਜ਼ੂਰ ਦੀ ਆਮਦ ਦੀ ਜਿਹੜੀ ਗੱਲ ਹੋ ਰਹੀ ਹੈ ਇਹ ਮਿਲਾਦ ਨਹੀਂ ਕਈ ਬੇਲੀ ਸਾਨੂੰ ਆਂਦੇ ਨੇ ਸਾਡੇ ਫਿਰਾਖ ਇਹ ਮਿਲਾਦ ਕਿੱਥੋਂ ਕੱਢਾ ਨੇ ਕਿਆ ਸਾਹਬਾ ਮਨਾਇਆ ਸਾਹਬਾ ਮਨਾਇਆ ਉਹਦੀ ਬਾਂਹ ਪਕੜ ਲਵੀ ਬਾਂਹ ਪਕੜ ਕੇ ਆਖਿਆ ਰਿਕਾਰਡਿੰਗ ਮੇਰੀ ਸੁਣਾ ਦੇਵੀ ਮੈਂ ਇੱਕ ਇੱਕ ਜੁਮਲੇ ਦਾ ਜ਼ਿੰਮੇਦਾਰ ਹਾਂ ਬਾਂਹ ਪਕੜ ਕੇ ਆਖ ਲਵੀ ਤੂੰ ਸਾਹਬਾ ਕਹਿੰਦਾ ਹੈ ਅਸੀਂ ਤੈਨੂੰ ਪੂਰੀ ਕਾਇਨਾਤ ਦਾ ਅੱਬਾ ਵੀ ਖਾਣੇ ਆ ਜਿਹਨੇ ਹਜ਼ੂਰ ਦੀ ਆਮਦ ਦੀ ਗੱਲ ਕੀਤੀ ਸਾਰੀ ਕਾਇਨਾਤ ਦਾ ਅੱਬਾ ਕੌਣ ਹੈ ਭਾਈ ਅੱਬੇ ਦੇ ਨਾਂ ਦੇ ਢਿੱਲੇ ਨਾ ਪੋ ਹਜ਼ਰਤ ਪਹਿਲਾ ਅੱਬਾ ਵੀ ਆਦਮ ਜੇ ਪਹਿਲਾ ਨਬੀ ਵੀ ਆਦਮ ਜੇ ਪਹਿਲਾ ਇਨਸਾਨ ਵੀ ਆਦਮ ਜੇ ਇਹ ਤਿੰਨੇ ਕੁਆਲਟੀਆਂ ਬਾਬੇ ਕੋਲ ਬੜੀਆਂ ਤਕੜੀਆਂ ਤੇ ਹੁਣ ਸੁਣੀ ਕਿਆ ਆਦਮ ਅਲੈਹਿਸਲਾਮ ਨੇ ਹਜ਼ੂਰ ਦੀ ਆਮਦ ਦੀ ਗੱਲ ਕੀਤੀ ਹੈ ਜਾਂ ਨਹੀਂ
आओ सुनो, आज फौजी साहब मिलाद मनाया है, संगियां बाजद माजद ने इन्हें बच्चिया मिलाद मनाया है, तो सच्ची दसिया जी कोई बिच चौधरी आया बैठा है, कोई जनाब बिच जट आया बैठा है, कोई वट्टू आया बैठा है, कोई सैयद है, कोई जोईया है, आए हजूर दी आमद दी गल हो रही सी, तो मिलाद इसनू कहा जांदा है, हजूर दी आमद दे तज़किरे दा नाम मिलाद है। हुण सावा बवण वाला भी नबी है, बयान करन वाला भी नबी है। हजरत जनाब आदम ने सलाम ने फरमाया है बेटा शीश, आदम ने सलाम तो बाद नबूवत मिली हजरत शीश नू, ए हजरत शीश आदम ने सलाम दे 29 नंबर वाले पुत्र है, 29 नंबर है, 28 इस तो पहले गुजर के नबूवत नहीं मिली, हजरत शीश नू मिली। जनाब शीश ने सलाम नू फरमाया है शीश है जी अब्बा जान, फरमाया बेटा बारू लकड़ियां चुक के ले आओ। जनाबे शीश ने सलाम लकड़ियां पे चुकते ने वेखिया लकड़ियां नु अग लगी हुई है, उन्हां लकड़ियां दे दरमियान एक लकड़ी ऐसी पई है जिंदे अग नेड़े ही नहीं जांदी पई, अग करी भी नहीं जा रही। हजरत जनाब शीश ने सलाम ने उस लकड़ी नू चुकिया ते वेख के हैरान हो गए, उस लकड़ी ते लिखिया की सी, ला इलाहा इल्लल्लाहु मुहम्मदुर रसूलुल्लाह, कलमा शरीफ लिखिया आया। जनाबे शीश ने चुकिया उस लकड़ी नु कच्छ च पाया, जनाबे आदम ने सलाम को ला गए, अब्बा जान इस टाइम हुकूमत या तुहाडी है या मेरी है, आ अजमत वाला कौन है, ए इज्जत वाला कौन है, ये शान वाला कौन है, ए रुतबे वाला कौन है, ए मुकाम वाला कौन है। ते जनाबे आदम ने सलाम ने उस लकड़ी पकड़िया चुमते अखां ते ला के आखिया, ए बेटा शीश ए मुहम्मद कोई आम नहीं है, अल्लाह ने जदों मेरे जिस्म च रूह पाई है ते रूह अजे मेरे पैरां दे नाखना तक नहीं गई, ते जदों मेरिया नजरां उठिया मैं अरशे मुअल्ला ते मुहम्मद लिखिया आया वेखिया, फिर मेरी नजर पई है जन्नती महला दे बाहर मुहम्मद लिखिया आया, फिर मेरी नजर पई है जन्नत दे हर पत्ते ते मुहम्मद लिखिया आया, फिर मेरी नजर पई है जे मैं वेखिया फरिश्तियां दियां पेशानियां ते मुहम्मद लिखिया आया, जे मेरी नजर पई है ते हूरा दियां पलकां ते मुहम्मद लिखिया आया। इथे मैनू कहण दियो केडा सोना नाम मुहम्मद दा, ऐसी नादियां रीसां करे केडा सोना नाम मुहम्मद दा, ऐसी नादियां रीसां कौन करे, इस नाम नु लगी दिया दो मीमा, ऐसी नादियां रीसां कौन करे, ए मेरा नबी इज्जत वाला शान वाला रुतबे वाला। जनाब आदम ने सलाम ने फरमाया बेटा ए मुहम्मद कोई आम नहीं है, ए मेरे बेटा याद रख लई ते तेरी शरीयत भी है मेरी शरीयत भी है, पर याद रख लई ए मुहम्मद दी आमद दा मैनू पता नहीं, पर जदों भी ये आएगा
इस तो पहले शरीयत खत्म हो जाएगी ते कानून चलेगा ते मुहम्मद मुस्तफा दा चलेगा। बाबे और हजूर दा नाम अच्छा मैं बिचे बाबे और जिसल लकड़ी पकड़ी सी काजी दहलान मक्की वो है जिनसे ये मक्का शरीफ में जाकर इमाम अहमद रजा ने इल्मे हदीस हासिल किया था। काजी दलान मक्की अरब दे बड़े बड़े आदमी।